नवा सवेरा नवी किरण एक ओंकार करो सिमरन। बुझे दिलांच ज्ञान दिया लख जगा के शांत कर लो अपना मन। ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ ਦੋਸਤੋ। ਨਵੀਂ ਕਿਰਨ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕਮਰੇ ਵਿੱਚ ਹਨੇਰਾ ਕਿੰਨਾ ਵੀ ਘਣਾ ਕਿਉਂ ਨਾ ਹੋਵੇ, ਤੁਸੀਂ ਬਸ ਇੱਕ ਦੀਪਕ ਬਾਲ ਦਿਓ, ਰੋਸ਼ਨੀ ਚਾਰੋਂ ਓਰ ਫੈਲ ਜਾਏਗੀ। ਸਾਡੇ ਨਾਲ ਆਏ ਹੋਏ ਨੇ ਸਟੂਡੀਓ ਵਿੱਚ ਇੱਕ ਵਾਰ ਫਿਰ ਬੀਬੀ ਅਮਰਜੀਤ ਕੌਰ। ਅਮਰਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਓਮ ਸ਼ਾਂਤੀ। ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬੈਂਕੋਕ ਤੋਂ ਹੋ, ਤੁਸੀਂ ਇੱਕ ਸਰਦਾਰਨੀ ਹੋ ਅਤੇ ਤੁਸੀਂ ਬ੍ਰਹਮਾ ਕੁਮਾਰੀਜ਼ ਦੇ ਨਾਲ ਵੀ ਐਸੋਸੀਏਟਡ ਹੋ, ਇੱਕ ਸੋਸ਼ਲ ਵਰਕਰ ਹੋ ਤੁਸੀਂ, ਅਤੇ ਤੁਸੀਂ ਦੁਨੀਆ ਵਿੱਚ ਹਰ ਜਗ੍ਹਾ ਵਿੱਚ ਆਪਣਾ ਜਿਹੜਾ ਇੱਕ ਚੈਰੀਟੇਬਲ ਵਰਕ ਵੀ ਕਰ ਰਹੇ ਹੋ, ਆਪਣੀ ਫੈਮਿਲੀ ਨੂੰ ਵੀ ਤੁਸੀਂ ਦੇਖ ਰਹੇ ਹੋ, ਅਤੇ ਸਾਨੂੰ ਦੱਸੋ, ਸਾਡੇ ਵਿਊਅਰਸ ਨੂੰ ਦੱਸੋ, ਕਿਸ ਤਰ੍ਹਾਂ ਤੁਸੀਂ ਇੰਨਾ ਮਲਟੀਫੈਸਿਟਡ ਕਿਸ ਤਰ੍ਹਾਂ ਹੋ? ਘਰ ਨੂੰ ਸੰਭਾਲਣਾ ਤਾਂ ਇੱਕ ਮਾਂ ਦਾ ਫਰਜ਼ ਹੈ, ਅਤੇ ਉਹ ਸਭ ਤੋਂ ਪਹਿਲਾਂ ਸਾਡੀ ਜੋਬ ਹੈ, ਰਿਸਪੋਂਸੀਬਿਲਿਟੀ ਹੈ। ਪਰ ਮੈਂ ਦੇਖਿਆ ਕਿ ਮੈਂ ਅਮਰਜੀਤ ਅਕੇਲੀ ਇਹ ਨਹੀਂ ਕਰ ਸਕਦੀ, ਅਤੇ ਸੇਵਾ ਤਾਂ ਆਪਣੇ ਆਪ ਆ ਜਾਂਦੀ ਹੈ। ਮੈਂ ਕੋਈ ਜਾ ਕੇ ਲੱਭਦੀ ਨਹੀਂ ਕਿ ਮੈਂ ਇਹ ਕਰਾਂ ਇਹ ਕਰਾਂ, ਮੇਰੇ ਆਪਣੇ ਆਪ ਮੰਗਣ ਵਾਲੇ ਫੋਨ ਰਾਹੀਂ ਵਟਸਐਪ ਰਾਹੀਂ ਸੇਵਾ ਆਉਂਦੀ ਹੈ। ਅਤੇ ਇਸ ਵਾਸਤੇ ਮੈਂ ਫਲੋ ਇਨ ਲਾਈਫ, ਲਾਈਫ ਵਿੱਚ ਫਲੋ, ਉਹ ਜਿਵੇਂ ਕਿ ਲਹਿਰ ਚਲਦੀ ਰਹੇ, ਰੁਕੇ ਨਹੀਂ, ਔਰ ਮੈਂ ਉਸਨੂੰ ਨੈਵੀਗੇਟ ਵੀ ਨਹੀਂ ਕਰਦੀ, ਮੈਂ ਸਿਰਫ ਕੰਟੀਨਿਊ ਕਰਦੀ ਹਾਂ। ਇਹ ਮੈਂ ਜ਼ਿੰਦਗੀ ਵਿੱਚ ਅਪਣਾਇਆ ਕਿ ਫਲੋ, ਫਲੋ ਵਿਦ ਲਾਈਫ। ਪਰ ਤੁਹਾਨੂੰ ਕਦੀ ਕਦੀ ਬਹੁਤ ਚੈਲੇਂਜਿੰਗ ਨਹੀਂ ਲੱਗਦਾ ਇੰਨੇ ਸਾਰੇ ਚੀਜ਼ਾਂ ਕਰਨਾ? ਅਤੇ ਸਮ ਪੀਪਲ ਆਰ ਪਰਫੈਕਸ਼ਨਿਸਟ, ਅਤੇ ਤੁਹਾਨੂੰ ਵੇਖ ਕੇ ਤਾਂ ਇਸ ਤਰ੍ਹਾਂ ਹੀ ਲੱਗਦਾ ਬਈ ਤੁਸੀਂ ਵੀ ਪਰਫੈਕਸ਼ਨ ਚਾਹੁੰਦੇ ਹੋਵੋਗੇ ਹਰ ਫੀਲਡ ਵਿੱਚ, ਅਤੇ ਕਿਸ ਤਰ੍ਹਾਂ ਤੁਸੀਂ ਮੈਨੇਜ ਕਰ ਲੈਂਦੇ ਹੋ? ਮਤਲਬ ਕਿ ਅੰਦਰੋਂ ਤੁਹਾਨੂੰ ਕਿਹੜੀ ਇਹੋ ਜਿਹੀ ਪਾਵਰ ਹੈ, ਕਿੱਥੋਂ ਇਹ ਸਪਾਰਕ ਤੁਹਾਡੇ ਅੰਦਰ ਆ ਜਾਂਦਾ? ਕਿਉਂਕਿ ਮੈਂ ਜਦੋਂ ਵੀ ਤੁਹਾਨੂੰ ਦੇਖਦੀ ਹਾਂ ਤੁਸੀਂ ਮੁਸਕਰਾਉਂਦੇ ਹੋਏ ਮਿਲਦੇ ਹੋ, ਭਾਵੇਂ ਤੁਸੀਂ ਥੱਕੇ ਹੋ, ਰਾਤੀ ਤੁਹਾਨੂੰ ਵੇਖ ਲਓ ਤਾਂ ਵੀ ਤੁਸੀਂ ਮੁਸਕਰਾਉਂਦੇ ਹੋ, ਸਵੇਰੇ ਤੁਹਾਨੂੰ ਵੇਖ ਲਓ ਸੇਮ ਸਮਾਈਲ ਤੁਹਾਡੀ ਬਰਕਰਾਰ ਰਹਿੰਦੀ ਹੈ, ਅਤੇ ਇਹਦਾ ਰਾਜ਼ ਕੀ ਹੈ ਇਹਦੇ ਪਿੱਛੇ? ਖੁਸ਼ੀ, ਅੰਦਰ ਦੀ ਖੁਸ਼ੀ। ਮੈਨੂੰ ਵੈਸੇ ਵੀ ਸ਼ੁਰੂ ਤੋਂ ਮੈਂ ਪੋਜ਼ੀਟਿਵ ਸੀ ਹਮੇਸ਼ਾ, ਅਤੇ ਉਹ ਪੋਜ਼ੀਟਿਵ ਐਨਰਜੀ, ਔਰ ਮੈਂ ਕਿਸੇ ਨੂੰ ਨਾ ਵੀ ਨਹੀਂ ਕਰਦੀ, ਮੈਂ ਕੋਈ ਕੁਛ ਪੁੱਛਦੀ ਨਹੀਂ ਕਿ ਮੈਂ ਇਹ ਕਰਨਾ ਜਾਂ ਉਹ ਕਰਨਾ, ਪਰ ਕੋਈ ਮੈਨੂੰ ਪੁੱਛੇ ਮੈਂ ਨਾ ਨਹੀਂ ਕਰਦੀ, ਕਿਉਂਕਿ ਮੈਂ ਸੋਚਦੀ ਹਾਂ ਕਿ ਅਗਰ ਕੋਈ ਆਏ ਸਾਡੇ ਸਾਹਮਣੇ ਅਤੇ ਕੋਈ ਸੇਵਾ ਮੰਗਣ ਵਾਸਤੇ, ਜਾਂ ਭਾਵੇਂ ਸਾਨੂੰ ਕਹੇ, ਭਾਵੇਂ ਮੇਰੇ ਇਨਲੋਜ ਹੋਣ, ਮੇਰੇ ਬੱਚੇ ਹੋਣ, ਮੈਂ ਨਾ ਨਹੀਂ ਕਰਦੀ। ਔਰ ਪਤਾ ਨਹੀਂ ਮੇਰੇ ਆਪਣੇ ਆਪ ਅੰਦਰੂਨੀ ਸ਼ਕਤੀ ਆ ਜਾਂਦੀ ਹੈ। ਪਰ ਜਿਉਂ ਦੀ ਮੈਂ ਰਾਜਯੋਗ ਮੈਡੀਟੇਸ਼ਨ ਕਰਨ ਲੱਗੀ, ਉਹ ਮੇਰਾ ਅੰਮ੍ਰਿਤ ਵੇਲਾ ਸਫਰ ਹੋ ਜਾਂਦਾ। ਔਰ ਮੈਂ ਨੋਟ ਕੀਤਾ ਹੈ, ਜਿਸ ਦਿਨ ਮੇਰੀ ਅੰਮ੍ਰਿਤ ਵੇਲਾ ਵਧੀਆ ਹੋਵੇ, ਤਾਂ ਮੇਰੀ ਸਾਰੀ ਜ਼ਿੰਦਗੀ, ਸਾਰੀ ਦਿਨ ਦਿਆਰੀ ਇਤਨਾ ਫਸਟ ਕਲਾਸ ਜਾਂਦਾ। ਇਸ ਵਾਸਤੇ ਮੈਂ ਅੰਮ੍ਰਿਤ ਵੇਲਾ ਕਦੀ ਨਹੀਂ ਮਿਸ ਕਰਦੀ। ਔਰ ਇਹ ਗੱਲ ਮੈਂ ਅੰਮ੍ਰਿਤ ਵੇਲਾ ਬ੍ਰਹਮ ਕੁਮਾਰੀ ਵਿੱਚ ਆਉਣ ਤੋਂ ਪਹਿਲਾਂ ਵੀ ਕਰਦੀ ਸਾਂ, ਪਰ ਉਸ ਟਾਈਮ ਮੈਨੂੰ ਪਤਾ ਨਹੀਂ ਸੀ ਕੀ ਕਰਨਾ। ਮੈਂ ਬਹੁਤ ਕੁਛ ਟਰਾਈ ਕੀਤਾ ਸੀ, ਜਿਵੇਂ ਜਪਜੀ ਮੂਲ ਮੰਤਰ ਨੂੰ 108 ਵਾਰੀ ਮਨਕੇ ਦੇ ਨਾਲ ਕਰਨਾ, ਜਾਂ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਨਾ, ਜਾਂ ਐਸੇ ਹੀ ਸ਼ਾਂਤ ਵਿੱਚ ਚੁੱਪ ਵਿੱਚ ਬਹਿ ਕੇ ਆਪਣੇ ਖਿਆਲ ਨੂੰ ਦੇਖਣਾ, ਵਿਪਾਸਨਾ ਜਿਸਨੂੰ ਕਹਿੰਦੇ ਨੇ, ਬਹੁਤ ਤਰੀਕੇ, ਆਰਟ ਆਫ ਲਿਵਿੰਗ ਦਾ ਕ੍ਰਿਆ ਕਰਨਾ, 3HO ਦਾ ਕੁੰਡਲੀ ਯੋਗਾ ਕਰਕੇ ਸਿਮਰ ਕੀਰਤਨ ਵਗੈਰਾ ਗਾਉਣਾ, ਅਤੇ ਮਨ ਵਿੱਚ ਉਹ ਮਿਊਜ਼ਿਕ ਸੁਣਨਾ, ਬਹੁਤ ਕੁਛ ਕੀਤਾ। ਔਰ 7-8 ਸਾਲ ਕੀਤਾ, ਹਰ ਇੱਕ ਚੀਜ਼ ਮੈਂ 6-6 ਮਹੀਨੇ ਕੀਤਾ, ਇਹ ਨਹੀਂ ਕਿ ਇੱਕ ਦਿਨ ਦੋ ਦਿਨ। ਅਤੇ ਇਸ ਵਾਸਤੇ ਮੈਨੂੰ ਆਈ ਕੈਨ ਸੇ ਆਈ ਮੂਵਿੰਗ ਫੋਰਵਰਡ ਆ ਗਏ, ਅਤੇ ਇੱਥੇ ਆ ਕੇ ਮੈਨੂੰ
ਜਦੋਂ ਦੀ ਮੈਂ ਰਾਜਯੋਗ ਸਿੱਖਿਆ ਅਤੇ ਹੁਣ ਮੈਂ ਸਿਖਾਉਂਦੀ ਹਾਂ, ਕਿਉਂਕਿ ਹਰੇਕ ਧਰਮ ਔਰ ਇਹ ਸਾਈਕਲ ਆਫ ਟਾਈਮ ਦਾ ਜਿਹੜਾ ਚੈਪਟਰ ਹੈ, ਜਿਹੜਾ 7 ਘੰਟੇ ਦਾ ਕੋਰਸ ਹੈ, ਸਾਈਕਲ ਆਫ ਟਾਈਮ ਵਿੱਚ ਮੈਨੂੰ ਸਾਰੇ ਧਰਮ ਦਾ ਕਿਵੇਂ ਇੱਕ ਧਰਮ ਇੱਕ ਤੋਂ ਬਾਅਦ ਆਇਆ ਅਤੇ ਫਿਰ ਗੁਰੂ ਨਾਨਕ ਵੀ ਆਏ ਅਤੇ ਹੁਣ ਉਸ ਤੋਂ ਬਾਅਦ ਇਹ ਚੱਲ ਰਿਹਾ, ਉਹ ਸਾਈਕਲ ਆਫ ਟਾਈਮ ਕਲੀਅਰ ਕਰਦਾ ਕਿ ਉਹ ਸਾਰੇ ਧਰਮ ਇਕੱਠੇ ਕਿਵੇਂ ਹੋਇਆ। ਅਮਰਜੀਤ ਭੈਣ ਜੀ, ਤੁਸੀਂ ਹੁਣੇ ਕਿਹਾ ਕਿ ਮੈਨੂੰ ਅੰਦਰੋਂ ਇੱਕ ਤਾਕਤ ਮਿਲਦੀ ਹੈ ਜਦੋਂ ਮੈਂ ਅੰਮ੍ਰਿਤ ਵੇਲਾ ਕਰਨੀ ਹਾਂ, ਮੇਰੇ ਅੰਦਰ ਇੱਕ ਖੁਸ਼ੀ ਹੈ ਜੋ ਕਿ ਬਾਹਰ ਵੀ ਸ਼ਾਇਦ ਲੋਕਾਂ ਨੂੰ ਦਿਖਾਈ ਦਿੰਦੀ ਹੈ, ਪਰ ਸਾਡੀ ਖੁਸ਼ੀ, ਇੱਕ ਨੋਰਮਲ ਇਨਸਾਨ ਦੀ ਖੁਸ਼ੀ, ਬਹੁਤ ਸਾਰੀ ਚੀਜ਼ਾਂ ਉੱਤੇ ਨਿਰਭਰ ਹੈ। ਜਿਸ ਤਰ੍ਹਾਂ ਫਿਜ਼ੀਕਲੀ ਜੇ ਸਾਨੂੰ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਖੁਸ਼ੀ ਕਿਤੇ ਚਲੀ ਜਾਂਦੀ ਹੈ, ਜੇ ਜੋਬ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਖੁਸ਼ੀ ਚਲੀ ਜਾਂਦੀ ਹੈ, ਜੇ ਰਿਲੇਸ਼ਨਸ਼ਿਪਸ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਖੁਸ਼ੀ ਚਲੀ ਜਾਂਦੀ ਹੈ, ਅਤੇ ਕੋਈ ਇਹੋ ਜਿਹੀ ਦਵਾਈ ਵੀ ਹੈ ਜੇ ਖੁਸ਼ੀ ਸਾਡੇ ਕੋਲ ਹੀ ਰਹਿ ਜਾਏ? ਹਾਂਜੀ, ਡੈਫੀਨੇਟਲੀ। ਐਕਚੁਅਲੀ ਇਹ ਤਾਂ ਇਹੋ ਤਾਂ ਗੱਲ ਹੈ, ਜੇ ਸਿਮਰਨ ਅਸੀਂ ਕਰੀਏ, ਇਹੋ ਤਾਂ ਮੇਰਾ ਖੋਜ ਸੀ ਕਿ ਮੈਂ ਸਿਮਰਨ ਜਦੋਂ ਕਰ ਰਹੀ ਸਾਂ ਅਤੇ ਸਾਰਾ ਕੁਝ ਕਰ ਰਹੀ ਸਾਂ, ਮੇਰੇ ਵਿੱਚ ਉਹ ਖੁਸ਼ੀ ਸਥਿਰ ਕਿਉਂ ਨਹੀਂ ਸੀ, ਉਹ ਆਨੰਦ ਸਦਾ ਕਿਉਂ ਨਹੀਂ ਸੀ, ਅਤੇ ਕਿਵੇਂ ਮੈਂ ਸਵਾਸ ਰੱਬ ਨੂੰ ਸਿਮਰਾਂ ਕਿਵੇਂ, ਕਿਉਂਕਿ ਅਸੀਂ ਉਹ ਇਹ ਕਰਨਾ ਹੁੰਦਾ। ਅਤੇ ਮੈਨੂੰ ਇੰਨਾ ਪਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਸੀ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਅਤੇ ਇਹ ਪੰਕਤੀ ਨੂੰ ਮੈਂ ਲਿਖ ਕੇ ਮੈਂ ਬਾਰ ਬਾਰ ਵੇਂਦੀ ਸਾਂ, ਅਰੇ ਮੈਂ ਤਾਂ ਤੈਨੂੰ ਯਾਦ ਕਰ ਰਹੀ ਤਾਂ ਫਿਰ ਮੈਨੂੰ ਦੁੱਖ ਕਿਉਂ, ਇੱਥੇ ਤਾਂ ਲਿਖਿਆ ਕਿ ਜੇ ਤੂੰ ਹੈ ਤਾਂ ਦੁੱਖ ਨਹੀਂ, ਪਰ ਮੈਂ ਤਾਂ ਤੁਹਾਨੂੰ ਯਾਦ ਕਰ ਰਹੀ ਹਾਂ, ਸਿਮਰਨ ਕਰ ਰਿਹਾ, ਤਾਂ ਦੁੱਖ ਫਿਰ ਕਿਉਂ ਹੈ? ਇਹਦਾ ਮਤਲਬ ਮੈਂ ਕੁਛ ਗਲਤ ਕਰ ਰਹੀ ਹਾਂ, ਕੁਛ ਐਕੂਰੇਟ ਨਹੀਂ ਕਰ ਰਹੀ, ਕੁਛ ਮਿਸਿੰਗ ਹੈ। ਅਤੇ ਉਸ ਦੀ ਖੋਜ ਵਿੱਚ ਮੈਨੂੰ ਕਲੈਰਿਟੀ ਸੀ ਕਿ ਦੁੱਖ ਨਹੀਂ ਹੋਣਾ ਚਾਹੀਦਾ, ਜੇ ਦੁੱਖ ਆ ਰਿਹਾ ਜ਼ਿੰਦਗੀ ਵਿੱਚ ਇਹਦਾ ਮਤਲਬ ਅਸੀਂ ਰੱਬ ਨਾਲ ਜੁੜੇ ਨਹੀਂ ਹਾਂ। ਤੁਸੀਂ, ਤੁਹਾਨੂੰ ਇਹੋ ਜਿਹਾ ਕੀ ਮਿਲਿਆ ਬ੍ਰਹਮਾ ਕੁਮਾਰੀਜ਼ ਵਿੱਚ ਕਿ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਅੰਦਰੋਂ ਇੱਕ ਇੰਪਾਵਰਮੈਂਟ ਮਿਲੀ ਹੈ, ਉਹ ਕੀ ਚੀਜ਼ ਹੈ, ਉਹ ਕਿਹੜੀ ਪ੍ਰੈਕਟਿਸ ਹੈ ਜੇ ਤੁਸੀਂ ਸਾਡੇ ਨਾਲ ਥੋੜ੍ਹਾ ਸ਼ੇਅਰ ਕਰੋ, ਵਿਊਅਰਸ ਵੀ ਜਾਣਨਾ ਚਾਹਣਗੇ? ਚਲੋ ਫਿਰ ਬੋਲਣ ਦੀ ਬਜਾਏ ਕਿ ਇਸ ਤਰ੍ਹਾਂ ਕਰਨਾ ਹੈ, ਇਸ ਤਰ੍ਹਾਂ ਅਸੀਂ ਇੱਕ ਸਫ਼ਰ 'ਤੇ ਹੁਣੇ ਚਲੇ ਜਾਈਏ। I'll share with you the experience right now. Is this like a meditation that we are going to do? Yes. Achcha. It like a connection, a guided connection. Achcha. And it's also a gyan. Gyan vichhe te naale yog vi vichhe, simran vi vichhe. Zarur assi karke dekhange. Ek omkar. Assi ek omkar nu yaad karan de raah vich lagge hoye haan. Te oh ek omkar te nirakar hai. ਪਰ ਮੈਂ ਤੇ ਸਰੀਰ ਹਾਂ, ਇਹ ਸਰੀਰ ਵਿੱਚ ਇਹ ਪੰਜ ਤੱਤਵ ਦੇ ਸਰੀਰ ਨਾਲ ਜੇ ਮੈਂ ਆਪਣੇ ਆਪ ਨੂੰ ਜੋੜਾਂ ਤਾਂ ਫਿਰ ਉਸ ਅਕਾਲ ਪੁਰਖ ਨੂੰ ਕਿਵੇਂ ਪਾਈ, ਕਿਉਂਕਿ ਉਸ ਅਕਾਲ ਪੁਰਖ ਨਿਰਕਾਰ ਪਰਮਾਤਮਾ ਜੋ ਹੈ ਉਸਦੀ ਤਾਂ ਕੋਈ ਰੂਪ ਨਹੀਂ ਹੈ, ਉਹ ਤਾਂ ਦਿਖਦੀ ਨਹੀਂ ਹੈ। ਅਤੇ ਇਸ ਵਾਸਤੇ ਸਭ ਤੋਂ ਪਹਿਲੀ ਗੱਲ ਹੈ ਖੁਦ ਨੂੰ ਪਹਿਚਾਨਣਾ। ਆਤਮਾ ਦੀ ਗੱਲ ਅਸੀਂ ਸੁਣਦੇ ਹਾਂ ਪਰ ਅਸੀਂ ਮਹਿਸੂਸ ਨਹੀਂ ਕਰਦੇ। ਆਓ ਇੱਕ ਮਿੰਟ ਵਾਸਤੇ ਖੁਦ ਨੂੰ ਪਹਿਚਾਣੀਏ ਕਿ ਮੈਂ ਕੌਣ ਹਾਂ। ਮੈਂ ਇਸ ਦੁਨੀਆ ਵਿੱਚ ਮਾਂ ਦੇ ਗਰਭ ਵਿੱਚ ਆਈ ਹਾਂ, ਉਦੋਂ ਤਾਂ ਮੇਰੀ ਸਰੀਰ ਇੰਨੀ ਵੱਡੀ ਵੀ ਨਹੀਂ ਸੀ, ਮਾਂ ਦੇ ਗਰਭ ਵਿੱਚ ਤਾਂ ਮਾਸ ਸ਼ੁਰੂ ਹੋਇਆ ਅਤੇ ਫਿਰ ਅਸੀਂ ਇਹ ਸਰੀਰ ਬਣ ਕੇ ਨਿਕਲ ਆਏ, ਛੋਟੀ ਜਿਹੀ ਬੱਚੀ। ਉਹ ਫਿਰ ਨਾਂ ਪਿੱਛੋਂ ਦਿੱਤਾ ਜਾਂਦਾ, ਜਿਵੇਂ ਮੈਨੂੰ ਨਾਂ ਦਿੱਤਾ ਗਿਆ ਅਮਰਜੀਤ। ਉਸ ਤੋਂ ਬਾਅਦ ਮੈਂ ਸਿੱਖ ਬਣ ਗਈ, ਉਸ ਤੋਂ ਬਾਅਦ ਮੇਰੇ ਸਾਰੇ ਇੰਪ੍ਰੈਸ਼ਨਸ ਜੋ ਹੈ ਦੁਨੀਆ ਤੋਂ ਮੈਨੂੰ ਨਰਚਰ ਕੀਤਾ ਗਿਆ, ਅਤੇ ਮੇਰੇ ਸਾਰੇ ਐਕਸਪੀਰੀਅੰਸ, ਮੇਰੀ ਸਾਰੀ ਯਾਦਾਸ਼ਤ, ਸਭ ਬਾਹਰਲੀ ਚੀਜ਼ ਨਾਲ ਜੁੜੀ ਗਈ ਮੈਂ। ਹੁਣ ਇੱਕ ਮਿੰਟ ਵਾਸਤੇ ਆਪਣੇ ਐਂਡ ਤੱਕ ਦੇਖੀਏ, ਇਹ ਸਰੀਰ ਬਦਲਦੀ ਗਈ 13 ਸਾਲ, 14 ਸਾਲ, 20 ਸਾਲ, 30 ਸਾਲ, ਮੇਰਾ ਸਰੀਰ ਬਦਲਦੀ ਗਈ। ਮੈਂ ਆਈਨਾ ਵਿੱਚ ਦੇਖਦੀ ਹਾਂ, ਮੇਰੀ ਸ਼ਕਲ ਬਦਲਦੀ ਗਈ, ਮੈਂ ਵੱਡੀ, ਇਹ ਸਰੀਰ ਵੱਡੀ ਹੁੰਦੀ ਗਈ, ਪਰ ਮੈਂ ਜੋ ਆਈਨਾ ਵਿੱਚ ਦੇਖ ਰਹੀ ਹਾਂ ਉਹ ਅਲੱਗ ਹੈ। ਮੈਂ ਦੇਖ ਰਹੀ ਹਾਂ ਕਿ ਮੇਰਾ ਸਰੀਰ ਬਦਲ ਗਿਆ, ਇਹਦਾ ਮਤਲਬ ਮੈਂ ਸਰੀਰ ਨਹੀਂ ਹਾਂ, ਮੈਂ ਦੇਖਣ ਵਾਲੀ ਹਾਂ। ਪਰ ਅਸੀਂ ਆਪਣੇ ਸਰੀਰ ਨਾਲ ਇੰਨਾ ਜੁੜੇ ਹੋਏ ਹਾਂ ਕਿ ਅਸੀਂ ਉਸ ਆਤਮਾ ਨੂੰ ਆਪਣੇ ਅੰਦਰ ਜਿਹੜੀ ਮੈਂ ਹਾਂ ਉਸਨੂੰ ਪਹਿਚਾਣਿਆ ਨਹੀਂ। ਇਸ ਵਾਸਤੇ ਗੁਰੂਆਂ ਨੇ ਵੀ, ਗੁਰੂ ਤੇਗ ਬਹਾਦਰ ਸਪੈਸ਼ਲੀ, ਗੁਰੂ ਗ੍ਰੰਥ ਸਾਹਿਬ ਵਿੱਚ ਮੌਤ ਦੀ ਜ਼ਿਕਰ ਕੀਤੀ ਹੈ। ਜਦੋਂ ਅਸੀਂ ਆਪਣੇ ਆਪ ਨੂੰ
ਡੈਡ ਬੋਡੀ ਦੇਖੀ ਹੈ ਕਿ ਮੈਂ ਇਸ ਸਰੀਰ ਤੋਂ ਜੇ ਹੁਣੇ ਹਾਰਟ ਫੇਲ ਹੋ ਜਾਏ ਤਾਂ ਨਿਕਲ ਜਾਈਏ, ਅਤੇ ਫਿਰ ਇਹ ਸਰੀਰ ਡੈਡ ਬੋਡੀ ਸਾਹਮਣੇ ਹੈ, ਅਤੇ ਡੈਡ ਬੋਡੀ ਜੇ ਅਸੀਂ ਦੇਖਾਂਗੇ ਤਾਂ ਅਸੀਂ ਕੀ ਦੇਖਾਂਗੇ? ਮੇਰੀ ਅੱਖਾਂ ਨਹੀਂ ਦੇਖ ਪਾਏਗੀ, ਮੇਰੇ ਨੱਕ ਨਹੀਂ ਸੁਣ ਪਾਏਗੀ, ਮੇਰੇ ਕੰਨ ਨਹੀਂ ਸੁਣ ਪਾਏਗੀ, ਮੂੰਹ ਨਹੀਂ ਬੋਲੇਗੀ, ਭੁੱਖ ਨਹੀਂ ਲੱਗੇਗੀ, ਦਿਲ ਨਹੀਂ ਧੜਕੇਗਾ, ਸਭ ਕੁਛ ਬੰਦ। ਤੋ ਕਿਹੜੀ ਚੀਜ਼ ਨਿਕਲਦੀ ਹੈ ਸਰੀਰ ਤੋਂ? ਜੋ ਨਿਕਲ ਜਾਂਦੀ ਹੈ ਉਹ ਮੈਂ ਹਾਂ, ਅਤੇ ਜੋ ਰਹਿ ਜਾਂਦਾ ਉਹ ਮੈਂ ਨਹੀਂ ਹਾਂ। ਇਸ ਵਾਸਤੇ ਉਸ ਲਾਸ਼ ਨੂੰ ਦਫਨਾਇਆ ਜਾਂਦਾ ਜਾਂ ਜਲਾਇਆ ਜਾਂਦਾ, ਉਸ ਤੋਂ ਬੂਹ ਆਉਂਦੀ ਹੈ, ਅਤੇ ਮੇਰੀ ਮਾਂ ਵੀ ਵੇਖੇਗੀ ਕਿ ਮੈਂ ਨਹੀਂ ਹਾਂ, ਮੇਰੇ ਮਾਂ ਪਿਓ ਸਭ, ਅਤੇ ਮੈਂ ਫਿਰ ਕੌਣ ਹਾਂ, ਕਿੱਥੇ ਚਲੀ ਗਈ ਹਾਂ? ਆਤਮਾ ਤਾਂ ਅਵਿਨਾਸ਼ੀ ਹੈ, ਅਤੇ ਉਹ ਚੀਜ਼ ਜੋ ਨਿਕਲਦੀ ਹੈ, ਗੁਰਬਾਣੀ ਵਿੱਚ ਵੀ ਜ਼ਿਕਰ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੈਂ ਜੋਤ ਸਰੂਪ ਆਤਮਾ, ਇਹ ਸਰੀਰ ਰੋਬੋਟ ਜੈਸਾ ਬੈਟਰੀ ਜਾਂ ਬਿਜਲੀ ਬੰਦ ਕੀਤਾ ਜਾਏ ਤਾਂ ਡੈਡ ਹੈ, ਸਥਿਰ ਹੈ, ਤਾਂ ਮੇਰੇ ਸਰੀਰ ਇੱਕ ਕਠਪੁਤਲੀ, ਗੁਰਬਾਣੀ ਵਿੱਚ ਕੱਪੜਾ ਵੀ ਕਿਹਾ ਗਿਆ, ਇੱਕ ਕੱਪੜਾ ਵਰਗਾ ਰਹਿ ਜਾਂਦੇ, ਪਰ ਮੈਂ ਸ਼ਕਤੀਆਂ ਇਸ ਸਰੀਰ ਵਿੱਚ, ਇਹ ਸ਼ਕਤੀ ਦੇ ਨਾਲ ਮੈਂ ਦੇਖ ਸਕਦੀ ਹਾਂ, ਸੁਣ ਸਕਦੀ ਹੈ, ਇਹ ਜ਼ਿੰਦਗੀ ਬਿਤਾ ਰਹੀ ਹਾਂ, ਔਰ ਇਸ ਤੋਂ ਇਲਾਵਾ ਮੈਂ ਮਨ ਹਾਂ। ਇਸ ਵਾਸਤੇ ਮਨ ਜੀਤੇ ਜਗ ਜੀਤ, ਮੈਂ ਆਤਮਾ ਮਨ ਹਾਂ, ਅਤੇ ਮੇਰੇ ਅੰਦਰ ਮੇਰੇ ਸੰਸਕਾਰ ਅਤੇ ਮੇਰੇ ਸਾਰੇ ਮੈਮੋਰੀਜ਼, SD ਕਾਰਡ ਵਰਗਾ, ਮੈਮਰੀ ਕਾਰਡ ਵਰਗਾ ਸਭ ਕੁਛ ਅੰਦਰ ਛਿਪਾ ਹੋਇਆ ਹੈ, ਟਿੱਕੀ ਹੋਈ ਹੈ। ਤਾਂ ਮੈਂ ਖੁਦ ਨੂੰ ਜਦ ਪਹਿਚਾਣਾਂਗੀ ਕਿ ਮੈਂ ਆਤਮਾ ਹਾਂ, ਜੋਤ ਹਾਂ, ਅਤੇ ਫਿਰ ਮੈਨੂੰ ਧਿਆਨ ਆਏਗਾ ਕਿ ਮੈਂ ਕਿੱਥੋਂ ਆਏ। ਸਰੀਰ ਵਿੱਚ ਆਉਂਦਿਆਂ ਮਾਂ ਦੇ ਗਰਭ ਵਿੱਚ ਆ ਕੇ ਜ਼ਿੰਦਗੀ ਵਿੱਚ ਜੀ ਕੇ ਫਿਰ ਮੈਂ ਚਲੀ ਜਾਂਦੀ ਹਾਂ, ਫਿਰ ਮਾਂ ਦੇ ਗਰਭ ਵਿੱਚ ਆ ਕੇ ਫਿਰ ਇੱਕ ਜ਼ਿੰਦਗੀ ਜਿਉਂਦੀ ਹਾਂ, ਫਿਰ ਚਲੀ ਜਾਂਦੀ ਹਾਂ, ਤਾਂ ਮੈਂ ਆਤਮਾ ਕਿੱਥੋਂ ਆਉਂਦੀ ਹਾਂ? ਫਿਰ ਧਿਆਨ ਆਉਂਦਾ ਹੈ ਕਿ ਸਾਰੇ ਅਸੀਂ ਆਤਮਾ ਹੈ, ਅਤੇ ਸਾਰੇ ਆਤਮਾ ਦੀ ਫਿਰ ਆਤਮਾ ਦੀ ਆਪਣੀ ਦੁਨੀਆ ਹੋਏਗੀ, ਅਤੇ ਉਹ ਦੁਨੀਆ ਨੂੰ ਅਸੀਂ ਪਰਮ ਧਾਮ, ਨਿਰਵਾਨਾ ਜਿਸ ਨੂੰ ਬੁੱਧਿਜ਼ਮ ਵਿੱਚ ਕਿਹਾ ਗਿਆ ਹੈ, ਹੈਵਨ ਜਿਸ ਨੂੰ ਕ੍ਰਿਸਟੀਆਨਿਟੀ ਵਿੱਚ ਕਿਹਾ ਗਿਆ ਹੈ, ਸੱਚਖੰਡ ਜਿਸ ਨੂੰ ਗੁਰੂ ਨੇ ਕਿਹਾ, ਉਹ ਜਗ੍ਹਾ ਅਲੱਗ ਅਲੱਗ ਭਾਸ਼ਾ ਵਿੱਚ ਅਲੱਗ ਅਲੱਗ ਨਾਮ ਦਿੱਤਾ ਗਿਆ, ਆਤਮਕ ਦੁਨੀਆ, ਸੋਲ ਵਰਲਡ, ਉੱਥੋਂ ਮੈਂ ਆਈ ਹਾਂ। ਅਤੇ ਜੇ ਪਰਮ ਆਤਮਾ ਨੂੰ ਮਿਲਣਾ, ਜਿਸ ਦੀ ਕੋਈ ਹਸਤੀ ਨਹੀਂ ਹੈ, ਜੋ ਇਸ ਦੁਨੀਆ ਵਿੱਚ ਆ ਕੇ ਮਾਂ ਦੇ ਗਰਭ ਵਿੱਚ ਜਨਮ ਨਹੀਂ ਲੈਂਦੇ, ਉਸ ਦੇ ਨਾਲ ਮਿਲਣ ਕਰਨੀ ਹੈ। ਗੋਬਿੰਦ ਮਿਲਣ ਕਿ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕੀਤੇ ਨਾ ਕੰਮ, ਇਹ ਗੱਲ ਹੈ। ਅਤੇ ਆਓ ਹੁਣੇ ਆਪਣੇ ਆਪ ਨੂੰ ਜੋਤ ਸਰੂਪ ਆਤਮਾ ਵਿੱਚ ਵੇਖੋ, ਅਤੇ ਚੱਲੀਏ ਰੂਹਾਨੀ ਰਾਹ 'ਤੇ, ਅੰਤਰਗਤ ਤੀਰਥ ਮਲਨਾਓ, ਅੰਦਰ ਦੀ ਯਾਤਰਾ ਕਰੀਏ। ਮੈਂ ਜੋਤ ਸਰੂਪ ਚਮਕਦੀ ਸਿਤਾਰਾ, ਉੜ ਕੇ ਇਸ ਸਰੀਰ ਨੂੰ ਛੱਡ ਕੇ ਆਪਣੇ ਮਨ ਰਾਹੀਂ, ਅੰਦਰੂਨੀ ਦ੍ਰਿਸ਼ਟੀ ਰਾਹੀਂ, ਵਿਜ਼ਨ ਉੜ ਕੇ ਲਾਲ ਸੁਨਹਿਰੀ ਦੇਸ਼, ਉੱਥੇ ਪਰਮ ਆਤਮਾ ਚਮਕਦਾ ਸਿਤਾਰਾ ਅਕਾਲ ਪੁਰਖ ਇੰਤਜ਼ਾਰ ਕਰਦੇ ਨੇ ਕਿ ਅਸੀਂ ਆਈਏ, ਉਹਨਾਂ ਨੂੰ ਮਿਲੀਏ। ਅਤੇ ਮੈਂ ਉਸਦੀ ਦਰਗਾਹ ਵਿੱਚ ਪਹੁੰਚ ਗਈ ਹਾਂ। ਉਸ ਅਕਾਲ ਪੁਰਖ ਨੂੰ ਵੇਖ ਕੇ ਮੈਂ ਖੁਸ਼ ਹੋ ਜਾਂਦੀ ਹਾਂ, ਔਰ ਉਸਨੂੰ ਦੌੜ ਕੇ ਗਲੇ ਲਗਾਉਂਦੀ ਹਾਂ। ਕੰਠ ਲਾਏ ਅਵਗੁਣ ਸਭ ਮੇਟੇ, ਉਸਨੂੰ ਮਿਲ ਕੇ ਆਟੋਮੈਟਿਕਲੀ ਮੇਰੇ ਅਵਗੁਣ ਚਲੇ ਜਾਂਦੇ ਨੇ, ਉਸ ਦੇ ਗੁਣ ਮੇਰੇ ਵਿੱਚ ਆ ਜਾਂਦੇ ਨੇ। ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ, ਮੈਂ ਇਸ ਵਕਤ ਗੋਬਿੰਦ ਮਿਲਨ ਕਰ ਰਹੀ ਹਾਂ। ਮੈਂ ਜੋਤ ਸਰੂਪ ਆਤਮਾ ਪਰਮ ਜੋਤ ਦੇ ਨਾਲ ਮਿਲ ਰਹੀ ਹਾਂ, ਕਨੈਕਟਡ ਹੋ ਗਈ ਹਾਂ। ਅਤੇ ਜਿਵੇਂ ਫੋਨ ਦੀ ਤਾਰ ਲੱਗ ਜਾਏ ਕਨੈਕਸ਼ਨ ਵਿੱਚ ਅਤੇ ਕਰੰਟ ਆਉਣਾ ਸ਼ੁਰੂ ਹੋ ਜਾਂਦੀ ਹੈ,
ਅਤੇ ਉਸਦੀ ਬੈਟਰੀ 0% ਤੋਂ ਹੌਲੀ ਹੌਲੀ 100% ਹੋ ਜਾਂਦੀ ਹੈ। ਮੇਰੀ ਆਪਣੀ ਅੰਦਰੂਨੀ ਆਤਮਕ ਸ਼ਕਤੀ ਜੋ ਪਿਆਰ ਹੈ, ਖੁਸ਼ੀ ਹੈ, ਇਹ 100% ਹੌਲੀ ਹੌਲੀ ਹੋ ਜਾਂਦੀ ਹੈ, ਕਿਉਂਕਿ ਆਤਮਾ ਦੀ ਖੁਰਾਕ ਹੀ ਉਹ ਸ਼ਕਤੀ ਹੈ। ਅਤੇ ਮੈਨੂੰ ਇਹ ਸ਼ਕਤੀ ਪਰਮ ਆਤਮਾ ਕੋਲ ਲੈਣੀ ਪੈਗੀ ਅਤੇ ਇਸ ਵੇਲੇ ਉਸ ਦੀ ਸ਼ਕਤੀ ਮੇਰੇ ਵਿੱਚ ਆ ਰਹੀ ਹੈ ਅਤੇ ਮੈਂ ਆਟੋਮੈਟਿਕਲੀ ਪਿਆਰ ਨਾਲ ਭਰ ਜਾਂਦੀ ਹਾਂ, ਸ਼ਾਂਤੀ ਆ ਜਾਂਦੀ ਹੈ ਅਤੇ ਖੁਸ਼ੀ ਅਤੇ ਸੰਤੁਸ਼ਟਾ, ਸਭ ਕੁਝ ਜੋ ਮੈਂ ਚਾਹੁੰਦੀ ਹਾਂ, ਪੇਸ਼ੈਂਸ, ਟੋਲਰੈਂਸ ਨਾਲ ਨਾਲ ਰੱਬੀ ਗੁਣ ਸਾਰੇ ਵਿੱਚ ਮੇਰੇ ਵਿੱਚ ਆਉਂਦੀ ਹੈ। ਸੰਪੂਰਨ ਹੌਲੀ ਹੌਲੀ ਮੈਂ ਬਣ ਰਹੀ ਹਾਂ ਅਤੇ ਜੇ ਮੈਂ ਅਕਾਲ ਪੁਰਖ ਦੇ ਨਾਲ ਇਸ ਤਰ੍ਹਾਂ ਹਰ ਵਕਤ ਕੰਮ ਕਰਦੇ ਹਾਂ, ਅੱਖਾਂ ਖੋਲਦੇ ਹਾਂ, ਕਨੈਕਸ਼ਨ ਕਰ ਪਾਵਾਂਗੇ ਅਤੇ ਫਿਰ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਇਹ ਮਹਿਸੂਸ ਕਰਾਂਗੇ। ਅਗਰ ਅਸੀਂ ਆਪਣੇ ਮਨ ਨੂੰ ਯੂਜ ਕਰਾਂਗੇ, ਮਨ ਦੇ ਵਿੱਚ ਇੱਕ ਸੀਕਰਟ ਹੈ, ਪਹਿਲਾਂ ਮਨ ਨੂੰ ਪਹਿਚਾਨਣੀ ਪੈਗੀ। ਮਨ ਇੱਕ ਯਾਦ ਹੈ, ਅਸੀਂ ਥੋਟਸ ਜਿਸਨੂੰ ਕਹਿੰਦੇ, ਪਰ ਥੋਟਸ ਕਿੱਥੋਂ ਆਉਂਦੀ ਹੈ, ਉਸਦੀ ਰੂਟ ਕੀ ਹੈ, ਵਿਜ਼ਨ ਹੈ, ਅਸੀਂ ਜਾਣਦੇ ਨਹੀਂ। ਪਰ ਸਭ ਤੋਂ ਪਹਿਲਾਂ ਵਿਜ਼ਨ ਆਉਂਦੀ ਹੈ, ਫਿਰ ਖਿਆਲ ਔਰ ਫੀਲਿੰਗਸ ਆਉਂਦੀ ਹੈ। ਅਤੇ ਜੇ ਅਸੀਂ ਉਸ ਵਿਜ਼ਨ ਨੂੰ ਯੂਜ ਕਰਾਂਗੇ ਮੈਡੀਟੇਸ਼ਨ ਵਿੱਚ, ਕਨੈਕਸ਼ਨ ਵਿਦ ਗੋਬਿੰਦ ਮਿਲਣ ਵਿੱਚ, ਫਿਰ ਸਾਨੂੰ ਬਹੁਤ ਸ਼ਕਤੀ ਮਿਲੇਗੀ। ਜਿਵੇਂ ਮੈਂ ਤੁਹਾਨੂੰ ਆਖਾਂ, ਆਪਣੇ ਮਾਂ ਨੂੰ ਯਾਦ ਕਰੋ, ਅਤੇ ਹੁਣੇ ਹੀ ਤੁਹਾਡਾ ਮਾਂ ਦਾ ਤਸਵੀਰ ਮਨ ਵਿੱਚ ਆ ਗਿਆ, ਹਾਂਜੀ, ਅਤੇ ਉਸ ਦੇ ਨਾਲ ਫੀਲਿੰਗ ਵੀ ਆ ਜਾਂਦੀ ਕਿ ਇਹ ਮੇਰੀ ਮਾਂ ਹੈ। ਬਿਲਕੁਲ। ਅਤੇ ਇਸੇ ਤਰ੍ਹਾਂ ਮੈਂ ਇੱਕ ਚਮਕਦੀ ਸਿਤਾਰਾ ਦਾ ਤਸਵੀਰ, ਖੁਦ ਦੀ ਤਸਵੀਰ ਨੂੰ ਵੇਖਾਂਗੀ ਅਤੇ ਉਸਨੂੰ ਯੂਜ ਕਰਾਂਗੀ ਵਿਜੁਅਲਾਈਜੇਸ਼ਨ ਕਿ ਮੈਂ ਆ ਹਾਂ, ਅਤੇ ਪਰਮਾਤਮਾ ਦੀ ਤਸਵੀਰ ਨੂੰ ਵੀ ਵੇਖਾਂਗੀ ਮਨ ਦੀ ਅੱਖਾਂ ਵਿੱਚ। ਇਸਨੂੰ ਕਹਿੰਦੇ ਨੇ ਤੀਸਰੀ ਅੱਖ ਖੁੱਲ੍ਹ ਗਈ। ਜਿਸ ਦੀ ਤੀਸਰੀ ਅੱਖ ਖੁੱਲ੍ਹ ਗਈ, ਉਸਨੂੰ ਪਹਿਚਾਣ ਹੋ ਗਈ, ਅਵੇਅਰਨੈਸ ਹੋ ਗਈ, ਅਵੇਕਨਿੰਗ ਹੋ ਗਈ ਕਿ ਮੈਂ ਆਤਮਾ ਔਰ ਮੈਂ ਇਸਨੂੰ ਵੇਖ ਸਕਦੀ ਹਾਂ। ਜਿਵੇਂ ਇਨ ਅੱਖਾਂ, ਬਾਹਰਲੀ ਅੱਖਾਂ ਨਾਲ ਮੈਂ ਤੁਹਾਨੂੰ ਵੇਖ ਰਹੀ ਹਾਂ, ਪਰ ਮੇਰੀ ਅੰਦਰ ਦੀ ਅੱਖ ਤਾਂ ਅਕਾਲ ਪੁਰਖ ਦੇ ਨਾਲ ਮਿਲਣ ਕਰ ਰਹੀ ਹੈ। ਅਤੇ ਇਸ ਵਾਸਤੇ ਤੁਹਾਡੇ ਨਾਲ ਗੱਲ ਕਰਦਿਆਂ ਵੀ ਮੈਂ ਯੋਗ ਕਰ ਰਹੀ ਹਾਂ, ਸਿਮਰਨ ਕਰ ਰਹੀ ਹਾਂ। ਅਤੇ ਇਹਨੂੰ ਕਹਿੰਦੇ ਨੇ ਸਾ ਸਾ ਸਿਮਰੋ ਗੋਬਿੰਦ। ਇਸ ਦੇ ਵਿੱਚ ਬਹੁਤ ਸ਼ਕਤੀ ਹੈ ਅਤੇ ਜਿੰਨਾ ਚਿਰ ਮੈਂ ਆਪਣੀ ਅੰਦਰ ਦੀ ਅੱਖ ਅਕਾਲ ਪੁਰਖ ਨਾਲ ਜੋੜਾਂਗੀ ਅਤੇ ਕਰਾਂਗੀ, ਮੈਂ ਕਦੀ ਵੀ ਦੁਖੀ ਨਹੀਂ ਹੋ ਸਕਦੀ, ਕੋਈ ਵੀ ਬਾਹਰਲੀ ਚੀਜ਼ ਮੈਨੂੰ ਛੂ ਹੀ ਨਹੀਂ ਸਕਦੀ। ਥੈਂਕ ਯੂ ਸੋ ਮੱਚ ਅਮਰਜੀਤ ਭੈਣ ਜੀ, ਮੈਂ ਬਿਲਕੁਲ ਐਕਸਪੀਰੀਅੰਸ ਕਰ ਪਾਈ ਜੋ ਤੁਸੀਂ ਸਾਨੂੰ ਇਸ ਯਾਤਰਾ 'ਤੇ ਲੈ ਕੇ ਗਏ, ਅਤੇ ਬਹੁਤ ਇੱਕ ਸ਼ਾਂਤੀ ਮੈਨੂੰ ਮਹਿਸੂਸ ਹੋਈ। ਪਰ ਮੇਰੇ ਮਨ ਵਿੱਚ ਨਾਲ ਨਾਲ ਇੱਕ ਸਵਾਲ ਵੀ ਉੱਠ ਰਿਹਾ ਸੀ ਕਿ ਪਰਮਾਤਮਾ ਜੋ ਕਿ ਇੰਨੇ ਐਵਰ ਪਿਓਰ ਨੇ, ਅਤੇ ਅਸੀਂ ਤਾਂ ਇੰਨੇ ਗਲਤ ਕੰਮ ਵੀ ਕਰ ਸਾਡੇ ਕੋਲੋਂ ਹੋ ਜਾਂਦੇ ਹੈ, ਅਤੇ ਅਸੀਂ ਜਦੋਂ ਉਹਦੇ ਕੋਲ ਜਾਵਾਂਗੇ, ਕਿਸ ਤਰ੍ਹਾਂ ਅਸੀਂ ਉਹਨੂੰ ਜਾ ਕੇ ਗਲੇ ਲਗਾ ਲਈਏ? ਤੁਸੀਂ ਕਿਹਾ ਉਹਨੂੰ ਗਲੇ ਲਗਾ ਲਓ, ਕਿਸ ਤਰ੍ਹਾਂ ਉਹਨੂੰ ਗਲੇ ਲਗਾਉਣਾ ਕਿ ਠੀਕ ਵੀ ਹੋਏਗਾ? ਇਹੋ ਤਾਂ ਪ੍ਰੋਬਲਮ ਹੈ, ਅਸੀਂ ਸਾਰੇ ਪਰਮਾਤਮਾ ਨੂੰ ਅਲੱਗ ਸਮਝਿਆ, ਜਿਵੇਂ ਕੋਈ ਪ੍ਰਿੰਸੀਪਲ ਹੈ ਜਾਂ ਕੋਈ ਮਾਸਟਰ ਹੈ ਜਾਂ ਕੋਈ ਸਾਡੇ ਤੋਂ ਦੂਰ ਹੈ, ਜਿਵੇਂ ਅਸੀਂ ਗੁਰੂਆਂ ਨੂੰ ਆਪਣੇ ਤੋਂ ਅਲੱਗ ਸਮਝਿਆ। ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਧਰਮ ਵਿੱਚ ਐਕਚੁਅਲੀ ਪਰਮਾਤਮਾ ਨੂੰ ਪਿਓ ਕਿਹਾ ਗਿਆ, ਫਾਦਰ, ਗੋਡਲੀ ਫਾਦਰ, ਹੈਵਨਲੀ ਫਾਦਰ, ਪਰਮ ਪਿਤਾ। ਅਤੇ ਜੇ ਪਿਤਾ ਕੋਲ ਅਸੀਂ ਡਰੀਏ, ਤਾਂ ਫਿਰ ਜੇ ਗਲਤੀ ਹੁੰਦੀ ਹੈ ਬੱਚਾ ਕੋਲੋਂ, ਤਾਂ ਜਾਣਾ ਤਾਂ ਮਾਂ ਪਿਓ ਕੋਲ ਹੀ। ਹਾਂਜੀ। ਜਿਵੇਂ ਮੈਨੂੰ ਕੋਈ ਪ੍ਰੋਬਲਮ ਹੋਈ ਜ਼ਿੰਦਗੀ ਵਿੱਚ ਜਦੋਂ ਮੈਂ ਛੋਟੀ ਸਾਂ, ਮੈਨੂੰ ਮਾਂ ਹੀ ਯਾਦ ਆਉਂਦੀ ਸੀ ਜਾਂ ਪਿਓ, ਅਤੇ ਉਦੋਂ ਕਦੀ ਅਸੀਂ ਸੋਚਦੇ ਸਾਂ ਅਸੀਂ ਮਾਂ ਕੋਲ ਕੇ ਸਭ, ਇਹ ਤਾਂ ਮੇਰੀ ਹੱਕ ਹੈ, ਮਾਈ ਰਾਈਟ। ਅਤੇ ਮਾਂ ਪਿਓ ਕੋਲ ਜੇ ਮੈਂ ਡਰਾਂਗੀ ਜਾਣਾ, ਤਾਂ ਫਿਰ ਮੇਰਾ ਕਿਵੇਂ ਸਫਲ ਹੋਏਗਾ? ਅਤੇ ਆਤਮਾ ਦਾ ਪਿਓ ਹੈ ਪਰਮਾਤਮਾ, ਉਹ ਤਾਂ ਵੇਟ ਕਰ ਰਿਹਾ, ਅਸੀਂ ਭੁਲੱਕੜ ਵਿੱਚ ਉਹਨਾਂ ਕੋਲ ਜਾਂਦੇ ਹੀ ਨਹੀਂ। ਅਸੀਂ ਆਪਣੇ ਸੰਸਕਾਰ, ਬਾਹਰਲੀ ਸੰਸਕਾਰ ਦੇ ਨਾਲ ਇਤਨਾ ਅਲੱਗ ਚਲੇ ਗਏ ਪਰਮਾਤਮਾ ਤੋਂ, ਐਮਨੀਸ਼ੀਆ ਹੋ ਗਈ, ਯਾਦਾਸ਼ ਇੱਕਦਮ ਖੋ ਗਈ, ਅਤੇ ਇਸ ਵਾਸਤੇ ਅਸੀਂ ਉਸਨੂੰ ਆਪਣੇ ਤੋਂ ਅਲੱਗ ਸਮਝ ਬੈਠੇ ਹਾਂ। ਅਤੇ ਇਹ ਇੱਕ ਪ੍ਰੋਸੈਸ ਹੈ ਜੋ ਮੈਂ ਕਰਾਇਆ ਤੁਹਾਨੂੰ, ਤੁਸੀਂ
ਇੱਕ ਹਾਦਸਾ ਵਿੱਚ ਨਹੀਂ ਕਰ ਪਾਓਗੇ, ਇਸ ਨੂੰ ਇੱਕ ਡਿਸਿਪਲਿਨ ਨਾਲ ਥੋੜ੍ਹਾ ਪ੍ਰੈਕਟਿਸ ਕਰਨੀ ਪੈਗੀ। ਔਰ ਅੰਮ੍ਰਿਤ ਵੇਲਾ ਉੱਠ ਕੇ ਇਹ ਕਰਨਾ ਉਹ ਪ੍ਰੈਕਟਿਸ ਹੈ, ਅਤੇ ਫਿਰ ਸਾਰੀ ਤਿਆਰੀ ਅਸੀਂ ਕਰਦੇ ਜਾਵਾਂਗੇ ਬਹੁਤ ਹੀ ਜਲਦੀ, ਬਲਕਿ ਮੈਂ ਕਹਾਂਗੀ ਇੱਕ ਦੋ ਦਿਨ ਵਿੱਚ ਇਹਨੂੰ ਇੰਨੀ ਪਾਵਰ ਹੈ ਕਿ ਮੈਨੂੰ ਤਿੰਨ ਚਾਰ ਦਿਨ ਵਿੱਚ ਮਹਿਸੂਸ ਹੋ ਗਿਆ ਸੀ ਕਿ ਇਸ ਤੋਂ ਇੰਨਾ ਸ਼ਕਤੀ ਮਿਲ ਰਿਹਾ। ਆਈ ਐਮ ਸ਼ੋਰ, ਦੇਖੋ ਜੋ ਤੁਸੀਂ ਕਿਹਾ ਸਾਨੂੰ ਕਿ ਇੱਕ ਯਾਦ ਰਹਿਣਾ ਕਿ ਮੈਂ ਇਹ ਸਰੀਰ ਨਹੀਂ ਹਾਂ, ਮੈਂ ਇੱਕ ਆਤਮਾ, ਇਟਸ ਅ ਸਟਲ ਐਨਰਜੀ, ਪਰ ਇਹ ਸਰੀਰ ਸਾਨੂੰ ਦਿਖ ਰਿਹਾ ਹੈ ਨਾ, ਸਾਨੂੰ ਅਵੇਅਰਨੈਸ ਰਹਿੰਦੀ ਹੈ। ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਜਾਂ ਮੈਂ ਕਿਸੇ ਨੂੰ ਮਿਲ ਰਹੀ ਹਾਂ, ਮੈਨੂੰ ਹਰ ਵੇਲੇ ਅਵੇਅਰਨੈਸ ਹੈ ਕਿ ਯੂ ਨੋ ਮੇਰਾ ਨਾਮ ਇਹ ਹੈ, ਮੇਰਾ ਨਾਮ ਸੁਨੈਨਾ ਹੈ, ਆਈ ਐਮ ਅ ਫੀਮੇਲ, ਮੇਰਾ ਇਹ ਜੋਬ ਹੈ, ਇਹ ਮੇਰੀ ਪ੍ਰੋਫਾਈਲ ਹੈ, ਇਹ ਤਾਂ ਮੈਨੂੰ ਹਰ ਵੇਲੇ ਯਾਦ ਰਹਿੰਦਾ ਹੈ, ਠੀਕ ਹੈ। ਪਰ ਆਈ ਐਮ ਅ ਲਾਈਟ, ਅ ਪੁਆਇੰਟ ਆਫ ਲਾਈਟ, ਉਸ ਪਰਮਾਤਮਾ ਦੀ ਸੰਤਾਨ ਆ, ਇਹ ਯਾਦ ਨਹੀਂ ਰਹਿੰਦਾ। ਅਤੇ ਤੁਸੀਂ ਇਹ ਕਹਿ ਰਹੇ ਹੋ ਕਿ ਪ੍ਰੈਕਟਿਸ ਕਰਨ ਨਾਲ ਇਹ ਵੀ ਹੋ ਜਾਏਗਾ? ਹਾਂਜੀ, ਐਕਚੁਲੀ ਇਹ ਤਾਂ ਸਾਡੀ ਸਤ ਨਾਮ ਹੈ, ਸੱਚੀ ਨਾਮ ਹੈ, ਸਦਾ ਸੱਚਾਈ ਹੈ, ਪਰ ਇਸ ਨੂੰ ਅਸੀਂ ਭੁੱਲ ਚੁੱਕੇ ਹਾਂ। ਅਤੇ ਇਸ ਵਾਸਤੇ ਆਤਮਾ ਰੋ ਰਹੀ ਹੈ, ਆਤਮਾ ਖੁਰਾਕ ਚਾਹੁੰਦੀ ਹੈ। ਖੁਰਾਕ ਕੀ ਸਭ ਤੋਂ ਪਹਿਲਾਂ ਪਹਿਚਾਣ, ਫਿਰ ਖੁਰਾਕ ਮਿਲੇਗਾ। ਖੁਰਾਕ ਪਹਿਚਾਣ ਤੋਂ ਪਹਿਲਾਂ ਨਹੀਂ ਮਿਲ ਸਕਦੀ। ਇਸ ਵਾਸਤੇ ਅਸੀਂ ਨਵੀਂ ਪਹਿਚਾਣ, ਨਵੀਂ ਕਿਰਨ, ਨਵੀਂ ਪਹਿਚਾਣ, ਆਪਣੀ ਖੁਦ ਦੀ ਸਹੀ ਪਹਿਚਾਣ ਕਰਨੀ ਪੈਗੀ, ਅਤੇ ਫਿਰ ਸਾਨੂੰ ਰੱਬ ਨਾਲ ਮਿਲਣ ਦਾ ਇੰਨੀ ਖੁਸ਼ੀ ਮਿਲੇਗੀ, ਨੈਚੁਰਲ ਬਣ ਜਾਏਗੀ। ਹਾਲੇ ਅਸੀਂ ਐਮਨੀਜ਼ੀਆ ਵਿੱਚ ਹਾਂ, ਅਤੇ ਉਹ ਪ੍ਰੈਕਟਿਸ ਨਾਲ ਹੀ ਸਾਨੂੰ ਕੁਛ ਐਕਸਪੀਰੀਅੰਸ ਹੋਏਗਾ, ਕਿਉਂਕਿ ਅਸੀਂ ਯਾਦ, ਇਸ ਨੂੰ ਜੇ ਕਹੀਏ ਕਿ ਸਾਨੂੰ ਯਾਦ ਹੈ ਕਿ ਇਹ ਸੱਚੀ ਗੱਲ ਹੈ ਕੁਛ, ਉਹ ਨਹੀਂ ਹੋਏਗਾ, ਕਿਉਂਕਿ ਐਮਨੀਜ਼ੀਆ ਵਿੱਚ ਕਿਸੇ ਨੂੰ ਉਹਦਾ ਨਾਂ ਵੀ ਦੱਸ ਦਿਓ ਕਿ ਤੂੰ ਇਹ ਤੇਰਾ ਪਿਓ ਹੈ, ਇਹ ਤੇਰਾ ਮਾਂ ਹੈ, ਉਹਨੂੰ ਨਹੀਂ ਪਤਾ, ਨਹੀਂ ਪਤਾ। ਹੌਲੀ ਹੌਲੀ ਨਵੀਂ ਰਿਲੇਸ਼ਨਸ਼ਿਪ ਬਣਾਉਣੀ ਪਏਗੀ ਆਪਣੇ ਆਪ ਦੇ ਨਾਲ ਅਤੇ ਪਰਮਾਤਮਾ ਦੇ ਨਾਲ, ਅਤੇ ਇਹ ਬਹੁਤ ਸੌਖੀ ਹੈ। ਈਵਨ ਅਨਪੜ੍ਹ ਵੀ ਕਰ ਸਕਦੇ, ਅਪਾਹਿਜ਼ ਵੀ ਕਰ ਸਕਦੇ, ਅੰਨਾ ਇਨਸਾਨ ਵੀ ਕਰ ਸਕਦਾ, ਇਹ ਕੋਈ ਗਿਆਨੀ ਦੀ ਗੱਲ ਨਹੀਂ, ਕਿਉਂਕਿ ਪਰਮ ਪਿਤਾ ਪਰਮਾਤਮਾ ਸਾਰੇ ਵਾਸਤੇ ਇੱਕੋ ਹੈ। ਪਰਮਾਤਮਾ ਤਾਂ ਸਭ ਦੇ ਪਿਤਾ ਨੇ, ਬਿਲਕੁਲ ਤੁਸੀਂ ਠੀਕ ਕਿਹਾ। ਮੈਂ ਚਾਹਾਂਗੀ ਤੁਸੀਂ ਸਾਡੇ ਵਿਊਅਰਸ ਨੂੰ ਅਤੇ ਮੈਨੂੰ ਵੀ ਥੋੜ੍ਹਾ ਸਟੈਪ ਬਾਏ ਸਟੈਪ ਜੇ ਲੈ ਕੇ ਜਾਓ, ਕਿਉਂਕਿ ਸ਼ਾਇਦ ਤੁਸੀਂ ਇੱਕ ਸਪਿਰਿਚੁਅਲ ਲੀਡਰ ਹੋ, ਤੁਸੀਂ ਪ੍ਰੈਕਟਿਸ ਵੀ ਕਰ ਚੁੱਕੇ ਹੋ, ਪਰ ਸਾਡੇ ਲਈ ਇੱਕ ਇਹ ਬਿਲਕੁਲ ਨਵੀਂ ਆਈਡੈਂਟੀ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਨਵੀਂ ਕਿਰਨ, ਇੱਕ ਨਵੀਂ ਪਹਿਚਾਣ, ਜ਼ਰੂਰਤ ਹੈ। ਇਟ ਇਜ਼ ਦਾ ਕਾਲ ਆਫ ਟਾਈਮ, ਅੱਜ ਹਰ ਆਤਮਾ ਚਾਹੁੰਦੀ ਹੈ ਮੈਨੂੰ ਮੇਰੀ ਅਸਲੀ ਸੱਚੀ ਪਹਿਚਾਣ ਮਿਲੇ। ਜ਼ਰੂਰ ਅਸੀਂ ਤੁਹਾਡੇ ਨਾਲ ਜਾਣਾ ਚਾਹਵਾਂਗੇ, ਅੱਗੇ ਵਧਣਾ ਚਾਹਵਾਂਗੇ, ਤੁਹਾਡਾ ਇੱਥੇ ਹੋਣਾ ਇਹ ਆਪਣੇ ਆਪ ਵਿੱਚ ਸਾਡੇ ਲਈ ਇੱਕ ਗਿਫਟ ਹੈ, ਅਤੇ ਤੁਸੀਂ ਸਾਨੂੰ ਲੈ ਕੇ ਚੱਲੋ। ਅਗਲੇ ਐਪੀਸੋਡ ਵਿੱਚ ਮੈਂ ਚਾਹਵਾਂਗੀ ਤੁਸੀਂ ਸਾਨੂੰ ਹੋਰ ਯੂ ਨੋ ਸਿੰਪਲੀਫਾਈ ਕਰਕੇ ਇਹ ਹੋਰ ਐਕਸਪੀਰੀਅੰਸ ਸਾਨੂੰ ਦਿਓ। ਥੈਂਕ ਯੂ ਸੋ ਮੱਚ ਫੋਰ ਕਮਿੰਗ। ਓਮ ਸ਼ਾਂਤੀ। ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਦਰਸ਼ਕਾਂ ਨੇ ਅੱਜ ਦੀ ਇਹ ਕੜੀ, ਮੈਂ ਆਸ ਕਰਨੀ ਆ, ਕਾਫੀ ਇੰਜੋਏ ਕੀਤੀ ਹੋਣੀ ਹੈ। ਜੀਵਨ ਵਿੱਚ ਰੋਸ਼ਨੀ ਲਿਆਉਣ ਲਈ ਜ਼ਰੂਰੀ ਹੋ ਜਾਂਦਾ ਹੈ ਪਹਿਲੇ ਆਪਣੀ ਪਹਿਚਾਣ ਕਰੀਏ, ਉਸ ਪਰਮਾਤਮਾ ਦੀ ਪਹਿਚਾਣ ਕਰੀਏ, ਅਤੇ ਫਿਰ ਇੱਕ ਸੰਬੰਧ ਜੋੜੀਏ। ਤੁਹਾਨੂੰ ਲੈ ਕੇ ਚੱਲਾਂਗੇ ਇਸ ਬਹੁਤ ਸੋਹਣੀ ਯਾਤਰਾ 'ਤੇ, ਅਮਰਜੀਤ ਭੈਣ ਜੀ, ਮੈਂ ਅਤੇ ਤੁਸੀਂ। ਬਹੁਤ ਜਲਦ ਮਿਲਦੇ ਹਾਂ, ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ। हमारे YouTube चैनल Godlywood Studio को सब्सक्राइब करें और साथ ही हर नए वीडियो के अपडेट के लिए बेल आइकन को क्लिक करें।